ਪ੍ਰਾਈਮੇਸ਼ਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਜਗਰਾਜਦੀਪ ਸਿੰਘ ਪ੍ਰਾਈਮ ਡਿਸਕਸ਼ਨ ਵਿੱਚ ਜਤਨਿੰਦਰ ਪੰਨੂ ਸ਼ੋਅ ਵਿੱਚ ਸਵਾਗਤ ਕਰਦਾ ਆਓ ਆਪਾਂ ਅੱਜ ਦੇ ਸ਼ੋਅ ਦੀ ਸ਼ੁਰੂਆਤ ਕਰਦੇ ਹਾਂ ਕੋਣ ਸਭ ਤੋਂ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਜੀ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਪੰਜਾਬ ਤੋਂ ਭਗਵਾਨ ਤਮਾਨ ਨੂੰ ਪੰਜਾਬ ਆਪ ਇਕਾਈ ਦਾ ਪ੍ਰਧਾਨ ਬਣਨ ਤੋਂ ਬਾਅਦ ਜੋ ਖਲਾਰਾ ਪੈ ਗਿਆ ਪਾਰਟੀ ਵਿੱਚ ਉਹ ਸੰਭਲਦਾ ਨਹੀਂ ਜਾ ਰਿਹਾ ਪਹਿਲਾਂ ਅ ਸੁਖਪਾਲ ਖਹਿਰਾ ਹੁਰੀ ਨਾਰਾਜ਼ ਹੋਏ ਹੁਣ ਗੁਰਪ੍ਰੀਤ ਖੋਗਿਆ ਹੋਂ ਨੇ ਅਸਤੀਫਾ ਦੇ ਦਿੱਤਾ ਕਵਰ ਸੰਧੂ ਤੇ ਉਪਕਾਰ ਸੰਧੂ ਵੀ ਰੋਜ਼ ਸਰਕਾਰ ਨੇ ਇਹ ਸਭ ਕੁਝ ਕੀ ਹੋ ਰਿਹਾ ਕੀ ਬਣੂਗਾ ਪਾਰਟੀ ਦਾ ਜਗਰਾਤ ਜੀ ਉਰਦੂ ਦਾ ਸ਼ੇਰ ਹੈ ਮਰਜ਼ ਵੜਦਾ ਗਿਆ ਜਿਉਂ-ਜਿਉਂ ਦਵਾ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਇਹਦਾ ਮਰਜ਼ ਵੀ ਇਹਦੀ ਬਿਮਾਰੀ ਵੀ ਲਗਾਤਾਰ ਵੱਧਦੀ ਜਾਂਦੀ ਜਿਉਂ-ਜਿਉਂ ਦਵਾਈ ਕਰਦੇ ਆ ਜੀ ਕਿਉਂ ਤੋਂ ਹੋਰ ਵਿਗਾੜ ਪਿੰਦਾ ਜਾਂਦਾ ਕੋਈ ਵਕਤ ਸੀ ਕਿ ਕੇਜਰੀਵਾਲ ਇਹੋ ਜਿਹਾ ਲੀਡਰ ਸੀ ਜੋ ਉਹ ਕਹਿ ਦੇਵੇ ਸਾਰੇ ਕੰਦੇ ਜੀ ਮੰਨਦੇ ਜੀ ਫਿਰ ਖਲਾਰਾ ਪੈਣ ਲੱਗ ਪਿਆ ਤੇ ਖਲਾਰਾ ਪੈਣ ਦਾ ਕਾਰਨ ਉਹਦੀਆਂ ਆਪਣੀਆਂ ਕੁਝ ਗਲਤੀਆਂ ਸਨ ਕੁਝ ਗਲਤੀਆਂ ਤੋਂ ਉੱਪਰ ਵੱਧ ਕੇ ਬੇਵਕੂਫੀਆਂ ਸਨ ਜੀ ਉਹਨਾਂ ਬੇਵਕੂਫੀਆਂ ਨੇ ਉਹਦੀ ਪੋਜੀਸ਼ਨ ਖਰਾਬ ਕੀਤੀ ਜਦੋਂ ਉਹਦੀ ਸਰਕਾਰ ਬਣੀ ਨੂੰ ਅਜੇ 1 ਮਹੀਨਾ ਨਹੀਂ ਹੋਇਆ ਤੇ ਉਹਦਾ ਕਾਨੂੰਨ ਮੰਤਰੀ ਇਸ ਗੱਲ 'ਚ ਫਸ ਗਿਆ ਕਿ ਉਹਦੀ ਡਿਗਰੀ ਜਾਲੀ ਹੈ ਇਨੇ ਤੇ ਇਹਦੇ ਡਿਪਟੀ ਮੁੱਖ ਮੰਤਰੀ ਸਸੋਦੀਏ ਨੇ ਵਾਰੀ ਵਾਰੀ ਪ੍ਰੈਸ ਕਾਨਫਰੰਸਾਂ ਕਰਕੇ ਫਿਰ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਨਰਿੰਦਰ ਮੋਦੀ ਤੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਸਾਡੀ ਸਰਕਾਰ ਨੂੰ ਬਦਨਾਮ ਕਰਕੇ ਸਾਡੇ ਬੰਦੇ ਤੇ ਝੂਠਾ ਦੋਸ਼ ਲਾਉਂਦਾ ਅਸੀਂ ਰਾਈਟ ਟੂ ਇਨਫੋਰਮੇਸ਼ਨ ਐਕਟ ਵਿੱਚ ਜੀ ਅਰਜੀ ਦੇ ਕੇ ਪੁੱਛ ਲਿਆ ਯੂਨੀਵਰਸਿਟੀ ਨੇ ਆਖਿਆ ਕਿ ਡਿਗਰੀ ਅਸਲੀ ਹੈ ਬਾਅਦ ਵਿੱਚ ਪਤਾ ਲੱਗਾ ਕਿ ਇਹਨਾਂ ਨੇ ਸੀ ਪੁੱਛਿਆ ਉਹ ਜਿਹੜਾ ਬੰਦਾ ਫਸਿਆ ਉਸੇ ਨੇ ਲਿਆ ਕੇ ਇਹਨਾਂ ਨੂੰ ਸਬੂਤ ਦਿੱਤੇ ਸੀ ਕਿ ਮੈਂ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਵਿੱਚ ਯੂਨੀਵਰਸਿਟੀ ਤੋਂ ਸਰਟੀਫਿਕੇਟ ਲੈ ਆ ਚੁੱਕਾ ਜੀ ਤੇ ਇਹਨਾਂ ਨੂੰ ਪਤਾ ਨਹੀਂ ਕਿ ਉਹ ਵੀ ਜਿਹੜੀ ਚਿੱਠੀ ਸੀ ਉਹ ਬੰਦੇ ਨੇ ਝੂਠੀ ਬਣਾਈ ਸੀ ਜਦੋਂ ਯੂਨੀਵਰਸਿਟੀ ਨੂੰ ਪੁੱਛਿਆ ਗਿਆ ਕਹਿੰਦੇ ਸਾਡੇ ਕੋਲ ਰਾਈਟ ਟੂ ਇਨਫੋਰਮੇਸ਼ਨ ਦੀ ਕਦੇ ਅਰਜ਼ੀ ਪਾਈ ਨਹੀਂ ਜੀ ਉਸ ਇੱਕ ਬੰਦੇ ਨੂੰ ਗਲਤ ਬਚਾਉਣ ਤੋਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਇਹ ਕਈਆਂ ਦੇ ਮਨ ਹਲਤ ਜੀ ਪੰਜਾਬ ਦੇ ਵਿੱਚ ਆਏ ਇੱਥੇ ਨਾ ਗੜਬੜ ਕਰ ਲੇ ਜਦੋਂ ਇਹਨਾਂ ਨੇ ਸੰਜੀਤ ਸਿੰਘ ਤੇ ਦੁਰਗੇਸ਼ ਪਾਟਕ ਲਿਆ ਕੇ ਬਿਠਾਤੇ ਪੰਜਾਬੀਆਂ ਦੀ ਨਜ਼ਰ ਵਿੱਚ ਉਹ ਡੇਟ ਟਕੇ ਦੇ ਬੰਦੇ ਨਹੀਂ ਜੀ ਸਵਾਇਤ ਛਗਣ ਛਕਾਉਣ ਤੋਂ ਜੇਬਾਂ ਭਰਨ ਤੋਂ ਉਹਨਾਂ ਕੀਤਾ ਕੁਛ ਨਹੀਂ ਜੀ ਸਾਰੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਲੀਡਰ ਕਹਿੰਦੇ ਆ ਕਿ ਜਦੋਂ ਆਏ ਸੀ ਉਦੋਂ ਬੈਠੇ ਫੋਨ ਫੋਨ ਕਰਕੇ ਕਹਿੰਦੇ ਹੁੰਦੇ ਸੀ ਮੈਨੂੰ ਭਲਾਣਤਾ ਛੱਡਿਆ ਯਾਰ ਕਾਰ ਦੇ ਉੱਤੇ ਮੇਰੇ ਕੋਲ ਗੱਡੀਆਂ ਜਾਂ ਫਿਰ ਮੈਨੂੰ ਦੱਸਦੇ ਉੱਥੇ ਬੱਸ ਕਿਹੜੀ ਆਉਂਦੀ ਹੈ ਤੇ ਜਾਣ ਲੱਗਾ ਲੰਮੀਆਂ ਲੰਮੀਆਂ ਕਾਰਾਂ ਲੈ ਕੇ ਗਏ ਨਿਓ ਕਿੱਥੋਂ ਆਈਆਂ ਸਨ ਜੀ ਦੂਸਰਾ ਇਹ ਕਿ ਆਉਂਦਿਆਂ ਸਾਰੀ ਸਾਰੀ ਪਾਰਟੀ ਗਹਿਣੇ ਪਾਤੀ ਵੇਚ ਦਿੱਤੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਉਹਦੇ ਨਾਲ ਜਿਹੜਾ ਬੰਦਾ OSP ਲੱਗਾ ਰਿਆ ਸੀ ਉਹਦੀ ਕੋਠੀ 'ਚ ਰਹਿ ਉਸ ਕੋਠੀ 'ਚ ਪੁੱਠੇ ਕੰਮ ਕਰਨੇ ਸ਼ੁਰੂ ਹੋ ਗਏ ਬਦਨਾਮੀ ਹੋਣ ਲੱਗ ਗਈ ਕਿ ਕੁੜੀਆਂ ਦੀਆਂ ਇੰਟਰਵਿਊ ਉੱਥੇ ਹੁੰਦੀਆਂ ਨੇ ਜੀ ਤੇ ਉਸ ਕੋਠੀ ਵਿੱਚ ਅੱਡਾ ਲਾਉਣ ਦੇ ਬਦਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵੇਲੇ ਦਾ ਜਿਹੜਾ OSDC ਸਾਬਕਾ ਫੌਜੀ ਜੀ ਉਹਨੂੰ ਟਿਕਟ ਦੇ ਦਿੱਤੀ ਗਈ ਇਹ ਕਹਿ ਕੇ ਕਿ ਇਹਦਾ ਤੇ ਦੇ ਪਰਿਵਾਰ ਦਾ ਇਲਾਕੇ ਵਿੱਚ ਬਹੁਤ ਅਸੂਖਰ ਸੂਖ ਹੈ ਨਾ ਕਿ ਉੱਥੇ ਜਿੱਤਣ ਵਾਲੇ ਨੂੰ 80000 ਵੋਟਾਂ ਪੈਂਦੀਆਂ ਹਾਰਨ ਵਾਲੇ ਨੂੰ 66000 ਵੋਟਾਂ ਪੈਂਦੀਆਂ 8000 ਵੋਟਾਂ ਨੂੰ ਪਈਆਂ ਜਿਹਦੇ ਉੱਤੇ ਨਾ ਟੇਕਰ ਜੀ ਇਹ ਬਦਰਾਮੀ ਕੇਜਰੀਵਾਲ ਨੂੰ ਹੀ ਪਹ ਲੱਗਦਾ ਕਿ ਹੁੰਦੀ ਫੇ ਮਗਰੋਂ ਇਹ ਭਗਵੰਤ ਮਾਨ ਤੇ ਦੋ ਤਿੰਨ ਬੰਦਿਆ ਹੋਰ ਨਾਲ ਨੇ ਵੀ ਖੈਰ ਬਦਨਾਮੀ ਕਰਾਈ ਕੋਈ ਵਕਸਿਮ ਭਗਵੰਤ ਦੀ ਗੁੱਡੀ ਬਹੁਤ ਚੜੀ ਸੀ ਜੀ ਪੰਜਾਬ ਜੋ ਸਭ ਤੋਂ ਵੱਧ ਲੀਡ ਲਿਕੇ ਜਿੱਤਿਆ ਸੀ ਜਦੋਂ ਬੇਅਦਬੀ ਕਾਂਡ ਹੋਇਆ ਤੇ ਉਸ ਤੋਂ ਬਾਅਦ ਬਹਿਬਲ ਕਾਂਡ ਚ ਗੋਲੀ ਕਾਂਡ ਹੋਇਆ ਤੇ ਫਿਰ ਉਹਦਾ ਕੱਟ ਹੋਇਆ ਸ਼ੋਕ ਸਮਾਗਮ ਸੀ ਜੀ ਭਗਵੰਤ ਮਾਨ ਉੱਥੇ ਗਿਆ ਤੇ ਲੋਕਾਂ ਨੇ ਧੱਕੇ ਮਾਰ ਕੇ ਸਟੇਜ ਤੋਂ ਉਤਾਰ ਤੱਕ ਸ਼ਰਾਬ ਪੀ ਕੇ ਆ ਗਿਆ ਜੀ ਇਹ ਬੋਡੀ ਬੋਡੀ ਕਰਦਾ ਰਿਹਾ ਕਿ ਮੇਰਾ ਮੈਡੀਕਲ ਕਰਾ ਲਓ ਮੈਂ ਸ਼ਰਾਬ ਨਹੀਂ ਪੀਤੀ ਉਕਣ ਪੀਤੀ ਹੈ ਮੁਸਕੰਦ ਹੁਣ ਦੋ ਕਿਸਮ ਦੀਆਂ ਗੱਲਾਂ ਸੀ ਇੱਕ ਤਾਂ ਇਹ ਕਿ ਇਹਦੇ ਵਿਰੋਧੀਆਂ ਨੇ ਜਾਣਬੁੱਝ ਕੇ ਦੀ ਬੇਇੱਜ਼ਤੀ ਕਰਨ ਲਈ ਝੂਠਾ ਦੋਸ਼ ਲਾਇਆ ਜੀ ਦੂਜੀ ਗੱਲ ਇਹ ਆਉਂਦੀ ਸੀ ਕਿ ਝੂਠਾ ਦੋਸ਼ ਨਹੀਂ ਲਾਇਆ ਪਰ ਇਹ ਵੀ ਗੱਲ ਸੱਚੀ ਹੈ ਕਿ ਨੇ ਅੱਜ ਨਹੀਂ ਪੀਤੀ ਅਸਲ ਗੱਲ ਇਹ ਆ ਕਿ ਪਿਛਲੀ ਰਾਤ ਪਿੰਦਾ ਪਿੰਦਾ ਅੱਧੀ ਰਾਤ ਤੋਂ ਬਾਅਦ ਤੱਕ ਇੰਨੀ ਕੁ ਪੀ ਗਿਆ ਕਿ ਉਸੇ ਦਾ ਮੁਸ਼ਕਲ ਨਹੀਂ ਜਾ ਰਿਹਾ ਜੀ ਇਹ ਗੱਲ ਦੋਵਾਂ ਪਾਸੇ ਤੋਂ ਉਹਦੀਆਂ ਤੋਂ ਸਾਨੂੰ ਹੀ ਪਤਾ ਸੱਚ ਕੀ ਹੈ ਕੀ ਨਹੀਂ ਭਗਵਾਨ ਤਾਂ ਆਪਣਾ ਪੱਖ ਦੇਵੇਗਾ ਦੂਸਰੇ ਦੂਸਰੇ ਪੱਖ ਦੇਣਗੇ ਚੋਣ ਹੋਈ ਵਿਧਾਨ ਸਭਾ ਦੀ ਚਲਦੀ ਚੋਣ 'ਚ ਕਾਲੀਆਂ ਤੇ ਕਾਂਗਰਸ ਦਾ ਤਵਾ ਲਾਉਣ ਦੇ ਥਾਂ ਇਹਨਾਂ ਨੇ ਇਸ ਗੱਲ ਵਾਸਤੇ ਯਤਨ ਸ਼ੁਰੂ ਕਰ ਦਿੱਤੇ ਕਿ ਫਲਾਨਾ ਹਰਾ ਦਈਏ ਫਲਾਨਾ ਹਰਾ ਦਈਏ ਮੈਂ ਮੁੱਖ ਮੰਤਰੀ ਬਣਨਾ ਮੇਰੇ ਪੱਖ ਦੇ ਬੰਦੇ ਜਿੱਤਿਓ ਜੀ ਜੀ ਇਹ ਗੱਲ ਗਲਤ ਹੈ ਕਿ ਇਹਨਾਂ ਦੇ ਬੰਦੇ ਜਿਹੜੇ ਆ ਅਖੀਰਲੇ ਵਕਤ ਜਾ ਕੇ ਚੋਣਾ ਝਾਰ ਗਏ ਅਸਲ ਗੱਲ ਇਹ ਆ ਕਿ ਇਹਨਾਂ ਨੇ ਇੱਕ ਦੂਸਰੇ ਦੇ ਬੰਦੇ ਹਰਾਏ ਸਨ ਇੰਟਰਨਲ ਪੋਲਿਟਿਕਸ ਚੱਲ ਪਈ ਸੀ ਅੰਦਰ ਚੱਲ ਪਿਆ ਸੀ ਕਿ ਜੇ ਬਹੁਤੇ ਬੰਦੇ ਹੋ ਗਏ 100 ਸਾਡੀਆਂ ਸੀਟਾਂ ਜਿੱਤਦੀਆਂ ਪਈਆਂ ਉਹ ਸਵਾਲਾਂਗੇ ਕਿ ਕਿਦਾਂ ਫਲਾਣੇ ਦੇ ਨਾਲ ਦੇ ਫਲਾਣੇ ਫਲਾਣੇ ਰਾਡਿਓ ਆਪਣੇ ਜਿਤਾ ਲੋ ਜੀ ਇਹ ਕੰਮ ਚੱਲ ਪਿਆ ਉਹ ਤੇ ਮਾਰ ਖਾ ਕੇ ਮਾਰ ਖਾਣ ਤੋਂ ਬਾਅਦ ਮੁੜ ਕੇ ਭਗਵੰਤ ਮਾਨ ਨੇ ਜਿੱਦ ਕਰ ਲਈ ਹੁਣ ਜਾਂ ਤਾਂ ਪਾਰਟੀ ਚ ਚਲਾਉਣ ਵਾਸਤੇ ਮੈਨੂੰ ਪ੍ਰਧਾਨ ਬਣਾਓ ਕਨਵੀਨਰ ਬਣਾਓ ਪੰਜਾਬ ਦਾਨੀ ਤੇ ਮੈਂ ਨਹੀਂ ਬਣਦਾ ਜੀ ਮੈਂ ਚੱਲਿਆ ਅਮਰੀਕਾ ਨੂੰ ਐਚਐਸ ਪੂਲ ਦਾ ਬਹੁਤ ਬੋਲਣ ਵਾਲਾ ਬੰਦਾ ਨਹੀਂ ਉਹ ਸੌ ਆਦਮੀ ਆ ਉਹਨੂੰ ਵਿਧਾਨ ਸਭਾ ਚ ਅਸੈਂਬਲੀ ਗਰੁੱਪ ਦਾ ਲੀਡਰ ਬਣਾ ਦਿੱਤਾ ਚੀਫ ਵੇਪੋਦਨ ਲਾ ਦਿੱਤਾ ਸੁਖਪਾਲ ਸਿੰਘ ਖੈਰ ਉਹਨ ਲੋਕਾਂ ਕਾ ਅਕਾ ਦੁਮੇ ਚੱਜਦੇ ਆ ਜੀ ਠੀਕ ਆ ਸਰਕਾਰ ਚ ਚਲਾਉਣਗੇ ਪੀ ਭਗਵੰਤ ਮਾਨ ਵਿਦੇਸ਼ਨ ਟੁਰ ਗਿਆ ਰ ਉਸਕੇ ਉਥੋਂ ਨੂੰ ਮਨਾ ਕੇ ਸੱਦਿਆ ਵੀ ਚਲ ਤੈਨੂੰ ਵੀ ਉਹਦਾ ਦੇ ਦਿੰਦੇ ਇਹਨੂੰ ਉਹਦਾ ਉਹਦਾ ਦੇਣ ਵਾਸਤੇ ਇੱਕ ਕਮੇਟੀ ਨੂੰ ਤੁਖੋ ਕੇ ਦੂਸਰੇ ਨੂੰ ਦੇ ਦਿੱਤਾ ਗੁਰਪ੍ਰੀਤ ਖੋਗੀ ਨੂੰ ਹਟਾਇਆ ਤੇ ਇਹਨੂੰ ਬਿਠਾਇਆ ਜੀ ਉਹਦੇ ਤੋਂ ਉਹ ਗੁਰਪ੍ਰੀਤ ਖੋਗੀ ਛੱਡ ਗਿਆ ਕਮਰ ਸੰਧੂ ਹੈ ਉਹ ਬਹੁਤ ਨਰਾਜ਼ ਹੈ ਭਗਵੰਤ ਮਾਨ ਦੇ ਆਉਣ ਤੇ ਜੀ ਦੇਖੋ ਕਮਰ ਸੰਧੂ ਦੀ ਮੇਰੇ ਮਨ ਚ ਬਹੁਤ ਇੱਜ਼ਤ ਹੈ ਉਹ ਪੱਤਰਕਾਰ ਦੇ ਤੌਰ ਤੇ ਵੀ ਸਪੀਕਰ ਦੇ ਤੌਰ ਤੇ ਵੀ ਇੰਟੈਲੈਕਚੁਅਲ ਦੇ ਤੌਰ ਤੇ ਵੀ ਜੀ ਜਿਹੜੀ ਉਹਦੀ ਪੋਜੀਸ਼ਨ ਆ ਉਹ ਬਹੁਤ ਘੱਟ ਲੋਕਾਂ ਦੇ ਹੁੰਦੇ ਆ ਜੀ ਉਹਦੇ ਨਾਲ ਉਹਦੇ ਮੀਡੀਆ ਗਰੁੱਪਾਂ ਨੇ ਵੀ ਕੋਈ ਚੰਗੀ ਨਹੀਂ ਕੀਤੀ ਜਦੋਂ ਨੇ ਇੱਕ ਟੀਵੀ ਚੈਨਲ ਚਲਾਇਆ ਤੇ ਪੰਜਾਬ ਦੀ ਕਾਲੀ ਭਾਜਪਾ ਸਰਕਾਰ ਨੇ ਸਾਰਾ ਜ਼ੋਰ ਪਾ ਕੇ ਉਹਦਾ ਟੀਵੀ ਚੈਨਲ ਬੰਦ ਕਰਾਇਆ ਬਿਲਕੁਲ ਜੀ ਹੁਣ ਉਥੋਂ ਠੁਕੜਾ ਸੀ ਜੀ ਪਰ ਬਾਅਦ ਵਿੱਚ ਹਾਲਾਤ ਦੇ ਦਬਾਅ ਥੱਲੇ ਕੁਝ ਨਾ ਕੁਝ ਠੜਕਣਾ ਉਹ ਵੀ ਕਰ ਗਿਆ ਉਹ ਗੁਰਮੀਤ ਪਿੰਕੀ ਨੂੰ ਨਾਲ ਲੈ ਕੇ ਤੁਰਪਿਆ ਵਿੱਚ ਬੇਇੱਜ਼ਤੀ ਕਰਵਾ ਲਈ ਇਹੋ ਜਿਹੀ ਬੰਦੇ ਨਾਲ ਕਰਨ ਤੁਰ ਨਸੀ ਜੀ ਹੁਣ ਉਹ ਕਹਿੰਦਾ ਕਿ ਭਗਵੰਤ ਮਾਨ ਨੂੰ ਤੁਸੀਂ ਬਣਾਤੇ ਇੱਕ ਗਲਤੀ ਹੋਰ ਕਰਦੇ ਹੋ ਪਾਰਟੀ ਨੇ ਪਹਿਲੇ ਹੀ ਬਹੁਤ ਗਲਤੀਆਂ ਕੀਤੀਆਂ ਹੁਣ ਤਾਂ ਆਮ ਆਦਮੀ ਪਾਰਟੀ ਨੂੰ ਜਾਂ ਤਾਂ ਸਾਰੇ ਬੰਦੇ ਬਿਠਾ ਕੇ ਇੱਕ ਵਾਰੀ ਕੇਜਰੀਵਾਲ ਨੂੰ ਆਪ ਆ ਕੇ ਕਹਿਣਾ ਪਊ ਕਿ ਪਾਰਟੀ ਬਚਾਉਣੀ ਬਚਾ ਲੋ ਨਹੀਂ ਤੇ ਤੀਲਾ ਤੀਲਾ ਹੋ ਜਾਣੀ ਆ ਜੀ ਤੇ ਜਾਂ ਫਿਰ ਮਰ ਲੈਣਾ ਚਾਹੀਦਾ ਕਿ ਗੱਡੀ ਦਾ ਬੈਕ ਗੇਅਰ ਲੱਗ ਗਿਆ ਢਲਾਨਾਂ ਵੱਲ ਨੂੰ ਤੁਰਪਈ ਹੁਣ ਬ੍ਰੇਕ ਬਰੂਕ ਨਹੀਂ ਲੱਗਣੀ ਜਾਂਦੀ ਤੇ ਜਾਣ ਦਿਓ ਇਹ ਠੱਠੇ ਕੁਝ ਪੈਂਦੀ ਪੈਂਦਿਓ ਜੀ ਜੇ ਇਹ ਠੱਠੇ ਕੁਝ ਪੈ ਗਈ ਜੇ ਇਹ ਖੱਡੇ ਚ ਗੱਡੀ ਡਿੱਗ ਪਈ ਜੇ ਇਹ ਆਮ ਆਦਮੀ ਪਾਰਟੀ ਨਾਲ ਸੱਚੀ ਮੁੱਚੀ ਆ ਹਾਲਤ ਹੋ ਗਈ ਜੀ ਤੇ ਜਿਹੜੇ ਲੋਕਾਂ ਨੇ ਇਹਨਾਂ ਤੇ ਭਰੋਸਾ ਕਰਕੇ ਵੋਟਾਂ ਪਾਈਆਂ ਆ ਜਿੰਨੇ ਤੁਰੇ ਫਿਰਦੇ ਇੱਕ ਦੂਸਰੇ ਦੇ ਖਿਲਾਫ ਬੋਲਦੇ ਆ ਇਹਨਾਂ ਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਮਰੇ ਜੰਮੇ ਦੇ ਉੱਤੇ ਵੀ ਆਪਣੇ ਘਰੀਂ ਨਾ ਵੜਨ ਦੇਣਗੇ ਜੀ ਜਦੋਂ ਲੋਕਾਂ ਦੀ ਮਾਨਸਿਕਤਾ ਨੂੰ ਛੱਟ ਪਾਈ ਦੀ ਜਿਨ੍ਹਾਂ ਨੇ ਪੀਪਲਜ਼ ਪਾਰਟੀ ਦਾ ਬੇੜਾਗਰ ਕੀਤਾ ਸੀ ਲੋਕਾਂ ਨੇ 5 ਸਾਲ ਆਪਣੇ ਘਰਾਂ 'ਚ ਵਿਆਹ ਸ਼ਾਦੀਆਂ ਤੇ ਤੇ ਮਰਗ ਦੇ ਭੋਗਾਂ ਤੇ ਨਹੀਂ ਸੀ ਵੜਨ ਦੇ ਉੱਤੇ ਜੀ ਹੁਣ ਜੇ ਇਹ ਕਰਨਗੇ ਤੇ ਪਾਰਟੀ ਦਾ ਨੁਕਸਾਨ ਤੇ ਹੋਣਾ ਹੀ ਹੋਣਾ ਸਭ ਤੋਂ ਵੱਡੀ ਸੱਟ ਉਹਨਾਂ ਆਮ ਲੋਕਾਂ ਦੇ ਮਨ ਤੇ ਵੱਜਣੀ ਆ ਜਿਨ੍ਹਾਂ ਸੋਚਿਆ ਸੀ ਇੱਕ ਥਰਡ ਆਲਟਰਨੇਟਿਵ ਮਿਲਣ ਲੱਗਾ ਬਿਲਕੁਲ ਜੀ ਉਹ ਥਰਡ ਆਲਟਰਨੇਟਿਵ ਜੇ ਮਿਲਦਾ ਮਿਲਦਾ ਰਹਿ ਜਾਂਦਾ ਅਗਲੇ 5 ਸਾਲਾਂ ਦੀ ਤਿਆਰੀ ਕਰਨ ਦੀ ਥਾਂ ਜੀ ਆਪੋ ਚ ਲੜ ਕੇ ਖਲਾਰਾ ਪਾ ਦਿੰਦੇ ਆ ਜੀ ਇਹ ਡੂਬੇ ਕਿ ਕਿਸ਼ਤੀ ਤੇ ਡੂਬੋਗੇ ਸਾਰੇ ਨਾ ਤੁਸੀਂ ਹੀ ਬਚੋਗੇ ਨਾ ਸਾਥੀ ਤੁਹਾਰੇ ਇਹ ਗੱਲ ਇਹਨਾਂ ਨੂੰ ਸਾਰਿਆਂ ਨੂੰ ਸੋਚ ਲੈਣੀ ਚਾਹੀਦੀ ਜੀ ਬਿਲਕੁਲ ਜੀ ਸਮਾਂ ਹੋ ਰਿਹਾ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਹੋਣੇ ਆ ਤੁਸੀਂ ਇਸੇ ਤਰ੍ਹਾਂ ਵੇਖਦੇ ਰਹੋ ਪ੍ਰਾਈਮੇਅਰ ਸ਼ਾ ਟੀਵੀ